ਦੇਖੋ ਜੀ, ਮੋਦੀ ਨੇ ਤਾਂ ਇਹ ਵੀ ਕਿਹਾ ਸੀਗਾ ਡੀਮੋਨੇਟਾਈਜੇਸ਼ਨ ਪੂਰੇ ਦੇਸ਼ ਦਾ ਫਾਇਦਾ ਕਰੇਗੀ। ਮੋਦੀ ਨੇ ਤਾਂ ਇਹ ਵੀ ਕਿਹਾ ਸੀਗਾ ਜੀ GST ਨਾਲ ਸਾਡਾ ਸਰਕਾਰ ਦਾ ਜਿਹੜਾ ਰੈਵੀਨਿਊ ਵਧੇਗਾ। ਕੋਈ ਵੀ ਇੱਕ ਬੰਦੇ ਨੂੰ ਫਾਇਦਾ ਹੋਇਆ ਤਾਂ ਮੇਰੇ ਨਾਲ ਬਾਂਹ ਖੜੀ ਕਰਕੇ ਮੇਰੇ ਨਾਲ ਡਿਬੇਟ ਕਰ ਸਕਦਾ। ਮੋਦੀ ਨੇ ਜਦ ਵੀ ਕੀਤਾ ਪਬਲਿਕ ਨੇ ਛਲ ਕੀਤਾ, ਇੱਕ ਕਿਸਾਨੀ ਬਚੀ ਸੀ, ਬਾਕੀ ਸਾਰੇ ਅਦਾਰੇ ਹੈ ਜਿਹੜੇ ਉਹ ਮੋਦੀ ਜੀ ਇਹਨਾਂ ਵੱਡੇ ਜਥੇਬੰਦੀਆਂ ਨੂੰ ਦੇ ਚੁੱਕੇ ਆ, ਅਡਾਨੀਆਂ ਨੂੰ ਦੇ ਚੁੱਕੇ ਆ, ਅੰਬਾਨੀਆਂ ਨੂੰ ਦੇ ਚੁੱਕੇ ਆ। ਇੱਕ ਕਿਸਾਨੀ ਬਚੀ ਸੀ, ਹੁਣ ਉਹਨੂੰ ਵੀ ਔਰਗਨਾਈਜ਼ ਤਰੀਕੇ ਨਾਲ ਆਮ ਪਬਲਿਕ ਦਾ ਨੁਕਸਾਨ ਕਰਨ ਲੱਗੇ ਨੇ। ਇਹਦੇ ਨਾਲ ਕਿਸਾਨ ਦਾ ਨੁਕਸਾਨ ਤਾਂ ਹੋਏਗਾ ਹੀ, ਉਹਦੀ ਤਾਂ ਰੂਹ ਮਰੇਗੀ ਮਰੇਗੀ। ਜਿਹੜਾ ਆਮ ਬੰਦਾ, ਚਾਹੇ ਉਹ ਕੋਈ ਮੀਡੀਆ ਦਾ ਬੰਦਾ, ਚਾਹੇ ਉਹ ਕੋਈ ਜੌਬ ਵਾਲਾ, ਉਹਦਾ ਵੀ ਨੁਕਸਾਨ ਹੋਏਗਾ। ਜਿਹੜੀ ਚੀਜ਼ ਉਹਨਾਂ ਨੂੰ ਪਹਿਲਾਂ 10-15 ਰੁਪਏ ਕਿਲੋ ਮਿਲਦੀ ਸੀ, ਉਹ 200 ਤੋਂ ਘੱਟ ਨਹੀਂ ਮਿਲੇਗੀ। ਅਤੇ ਸੋ ਜੋ ਅਸੀਂ ਅੱਜ ਨਾ ਜਾਗੇ ਤਾਂ ਸਾਨੂੰ ਆਉਣ ਵਾਲਾ ਸਮਾਂ ਮਾਫ਼ ਨਹੀਂ ਕਰੇਗਾ। ਹੁਣ ਘਰਾਂ ਵਿੱਚ ਬੈਠਣ ਦਾ ਟਾਈਮ ਨਹੀਂ ਵੀਰੋ, ਸਾਡੇ ਕੋਲ ਇੱਕ ਬਹੁਤ ਵਧੀਆ ਮੌਕਾ ਹੈ ਕਿ ਅਸੀਂ ਅੱਜ ਇਸ ਸੰਗਠਨ ਦਾ, ਜੋ ਇੱਥੇ ਕਿਸਾਨ ਜਥੇਬੰਦੀਆਂ ਬੈਠੀਆਂ, ਅਸੀਂ ਉਹਨਾਂ ਨੂੰ ਸਪੋਰਟ ਕਰੀਏ, ਕਿਉਂਕਿ ਉਹ ਆਪਦੇ ਲਈ ਨਹੀਂ ਲੜ ਰਹੇ, ਉਹ ਪੂਰੇ ਦੇਸ਼ ਲਈ ਲੜ ਰਹੇ ਨੇ। ਉਹਨਾਂ ਦਾ ਜੇਕਰ ਅਸੀਂ ਅੱਜ ਸਾਥ ਨਾ ਦਿੱਤਾ, ਉਹਨਾਂ ਨੇ ਆਉਣ ਵਾਲਾ ਸਮਾਂ ਸਾਨੂੰ ਕਦੇ ਮਾਫ਼ ਨਹੀਂ ਕਰੇਗਾ। ਕਿਉਂਕਿ ਜਿਹੜੇ ਸਾਡੇ ਬੱਚੇ ਆ, ਜਿਹੜਾ ਨੌਜਵਾਨ ਇੱਥੇ ਆਇਆ, ਇਹਦੀ ਜਿਹੜਾ ਅਸੀਂ ਦੇਖ ਰਹੇ ਹਾਂ ਮੰਜ਼ਰ, ਇਹਦੀ ਖੂਬਸੂਰਤੀ ਇਹ ਹੈ, ਇਹ ਬਹੁਤ ਵਧੀਆ ਤਰੀਕੇ ਨਾਲ ਸ਼ਾਂਤਮਈ ਢੰਗ ਨਾਲ ਚੱਲ ਰਿਹਾ। ਅਤੇ ਇਹਦੇ ਵਿੱਚ ਜਿਵੇਂ ਕਿ ਬ੍ਰਿਟਿਸ਼ ਦਾ ਮੀਡੀਆ, ਚਾਹੇ ਉਹ ਪਾਰਲੀਮੈਂਟ ਬ੍ਰਿਟਿਸ਼ ਦੀ ਹੋਏ, ਟਰੂਡੋ ਹੈ, ਉਹਨਾਂ ਨੇ ਵੀ ਬਿਆਨ ਦਿੱਤਾ, UN ਨੇ ਵੀ ਬਿਆਨ ਦਿੱਤਾ ਕਿ ਕਿਸਾਨਾਂ ਦੇ ਹੱਕਾਂ ਵਿੱਚ ਮੋਦੀ ਸਰਕਾਰ ਫੈਸਲਾ ਲਏ।